ਪਰ ਜਦੋਂ ਉਹ ਸਿੰਘ ਵਾਪਸ ਆਏ ਪੰਜਾਬ ਵਿੱਚ, ਇੱਥੇ ਪੰਜਾਬ ਦੇ ਵਿੱਚ ਉਹਨਾਂ ਸਿੰਘਾਂ ਦਾ ਵਿਰੋਧ ਅੰਗਰੇਜ਼ ਨਾਲੋਂ ਜ਼ਿਆਦਾ ਉਹਨਾਂ ਲੋਕਾਂ ਨੇ ਕੀਤਾ ਜਿਹੜੇ ਅੰਗਰੇਜ਼ ਦੀ ਖੁਸ਼ਾਮਦ ਕਰਨੀ ਚਾਹੁੰਦੇ ਸੀ, ਉਹਨੂੰ ਖੁਸ਼ ਕਰਨਾ ਚਾਹੁੰਦੇ ਸੀ, ਜਿਹੜੇ ਸਿੱਖੀ ਦਾ ਢਾਂਚਾ ਅੰਗਰੇਜ਼ ਦੇ ਹਿਸਾਬ ਨਾਲ ਢਾਲਣ ਨੂੰ ਤਿਆਰ ਹੋ ਚੁੱਕੇ ਸੀ, ਉਹਨਾਂ ਨੇ ਜੋ ਕੁਛ ਕੀਤਾ ਉਹ ਸਿੱਖ ਲਿਟਰੇਚਰ ਨੇ ਜੋ ਅੱਜ ਰੂਪ ਬਣਾਇਆ ਸਿੱਖਾਂ ਦਾ, ਅੱਜ ਜੋ ਸਾਡੇ ਸਾਹਮਣੇ ਸਮੱਸਿਆਵਾਂ ਹਨ, ਅੱਜ ਜਿਹੜੇ 10-10 ਤਰ੍ਹਾਂ ਦੇ ਅੰਮ੍ਰਿਤ ਦੀ ਗੱਲ ਹੈ, ਜਿਹੜੀਆਂ ਕੰਟਰੋਵਰਸੀਆਂ ਨੇ, ਉਹ 1872-73 ਤੋਂ ਬਾਅਦ ਸ਼ੁਰੂ ਹੋਈਆਂ ਅਤੇ 1925 ਤੱਕ ਆਉਂਦਿਆਂ ਆਉਂਦਿਆਂ ਬੜਾ ਵਿਕਰਾਲ ਰੂਪ ਧਾਰਨ ਕਰ ਗਈਆਂ। ਪੁਰਾਤਨ ਪਰੰਪਰਾਵਾਂ ਨੂੰ, ਰੀਤੀ ਰਿਵਾਜ਼ਾਂ ਨੂੰ, ਗ੍ਰੰਥਾਂ ਨੂੰ ਜਿੰਨਾ ਰੱਜ ਕੇ ਨਿੰਦਿਆ ਗਿਆ, ਆਹ ਗੱਲ ਗੁਰਮਤਿ ਅਨੁਸਾਰ ਨਹੀਂ, ਸੂਰਜ ਪ੍ਰਕਾਸ਼ 'ਚ ਆਹ ਗਲਤ ਲਿਖਿਆ, ਪੰਥ ਪ੍ਰਕਾਸ਼ 'ਚ ਆਹ ਗਲਤ ਲਿਖਿਆ, ਆਹ ਮਨਮਤ ਅਨੁਸਾਰ ਮਨਮਤ ਹੈ, ਇਹ ਗੁਰਬਾਣੀ ਦੀ ਕਸੌਟੀ 'ਤੇ ਗੱਲ ਪੂਰੀ ਨਹੀਂ ਉਤਰਦੀ, ਇਹ ਇੱਕ ਬੜਾ ਵੱਡਾ ਸੈਂਟੈਂਸ ਉਹਨਾਂ ਦੇ ਮੂੰਹ 'ਤੇ ਚੜਿਆ ਹੋਇਆ। ਜਿਹੜੇ ਸੰਪਰਦਾ ਦੇ ਵਿਰੋਧੀ ਵੀਰ ਨੇ ਨਾ, ਪ੍ਰੋਫੈਸਰ ਨੇ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਾਉਂਦੇ ਨੇ, ਮੈਂ ਸਾਫ਼ ਕਹਿ ਦਿਆਂ ਇੱਕੋ ਫਿਕਰਾ ਹੈ, ਕੋਈ ਗੱਲ ਨਾ ਕੰਡੈਮ ਕਰਨਾ, ਉਹਨੂੰ ਇਹ ਕਹਿਣਾ ਵੀ ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ 'ਤੇ ਪੂਰੀ ਨਹੀਂ ਉਤਰਦੀ। ਹੁਣ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਉੱਤੇ ਤਾਂ 10 ਗੁਰੂ ਦਾ ਨਾਮ ਹੀ ਨਹੀਂ ਆਉਂਦਾ। ਸਾਡੇ ਉੱਥੇ ਸਿਆਟਲ ਦੇ ਵਿੱਚ ਬਾਬਾ ਜੀ ਸਾਡੇ 'ਤੇ ਹੈ ਵੀ ਤੁਸੀਂ ਗਿਆਨੀ ਜੀ ਸੂਰਜ ਪ੍ਰਕਾਸ਼ ਦੀ ਕਥਾ ਬੰਦ ਕਰੋ, ਪੂਰਾ ਜ਼ੋਰ ਪਾ ਲਿਆ ਕਮੇਟੀ ਦੇ ਬੰਦਿਆਂ 'ਤੇ, ਪ੍ਰਭਾਵ ਪਾ ਲਿਆ। ਅਸੀਂ ਵੀ ਹੁਣ ਨੀਤੀ ਵੇਖੀ, ਮੈਂ ਕਿਹਾ ਠੀਕ ਹੈ ਜੀ, ਸੱਤ ਵਚਨ ਧਰਤੀ ਬੰਦ ਕਥਾ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂ ਕਰਤੀ। 4 ਕੁ ਦਿਨ ਲੰਘੇ ਅਤੇ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਆ ਗਿਆ। ਅਗਿਆਨੀ ਜੀ ਕਥਾ ਕਰੋ ਸਾਹਿਬਜ਼ਾਦਿਆਂ ਦੀ, ਮੈਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ 'ਚ ਤਾਂ ਲਿਖੀ ਕੋਈ ਨਹੀਂ, ਜੇ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ ਤਾਂ ਕਰਾ ਲਓ ਸਾਡੇ ਤੋਂ ਕਥਾ, ਹੁਣ ਅਸੀਂ ਤਾਂ ਉਹੀ ਕਰਾਂਗੇ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਘੋੜੇ 'ਤੇ ਚੜ੍ਹਦੇ ਸੀ, ਬਲਕਿ ਘੋੜੇ 'ਤੇ ਚੜ੍ਹਨ ਦਾ ਖੰਡਨ ਜ਼ਰੂਰ ਹੈ ਗੁਰੂ ਗ੍ਰੰਥ ਸਾਹਿਬ 'ਚ। ਕਿਵੇਂ? ਹਰ ਰੰਗੀ ਤੁਰੇ ਨਿਤ ਪਾਲੀ ਹੈ, ਕਿਤੇ ਕੰਮ ਨਾ ਆਈ, ਜਨ ਲਾਭੋ ਚਿੱਤ ਹਰ ਨਾਮ ਸਿਉ ਅੰਤ ਹੋਏ ਸਿਖਾਈ। ਤੁਰਿਆ ਕਹਿੰਦੇ ਨੇ ਘੋੜੇ ਨੂੰ, ਕਹਿੰਦੇ ਸ਼ੌਂਕ ਨਾਲ ਘੋੜੇ ਪਾਲ ਲੈਂਦੇ ਨੇ, ਘੋੜਿਆਂ ਨੂੰ ਮਾਲਸ਼ਾਂ ਹੀ ਕਰਦੇ ਰਹਿੰਦੇ ਨੇ, ਘੋੜਿਆਂ ਨੂੰ ਸ਼ਿੰਗਾਰਦੇ ਰਹਿੰਦੇ ਨੇ, ਘੋੜਿਆਂ ਨਾਲ ਹੀ ਫੋਟੋਆਂ ਖਿਚਾਉਂਦੇ ਰਹਿੰਦੇ ਨੇ, ਘੋੜਿਆਂ ਉੱਤੇ ਹੀ ਧਿਆਨ ਲਾਉਂਦੇ ਨੇ, ਨਾਮ ਤਾਂ ਜਪਦੇ ਨਹੀਂ, ਕਿਸੇ ਕੰਮ ਨਹੀਂ ਆਉਣੇ ਤੁਹਾਡੇ ਘੋੜੇ। ਹੁਣ ਇਸ ਗੱਲ ਨੂੰ, ਇਹ ਗੱਲ ਤਾਂ ਵੈਰਾਗ ਦੀ ਹੈ ਵੀ ਇਨਸਾਨ ਆ ਦੁਨਿਆਵੀ ਪਦਾਰਥ ਦਲ ਪੰਥ, ਬਾਬਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਬਾਬਾ ਪ੍ਰਤਾਪ ਸਿੰਘ ਜੀ, ਉਹ ਦਲ ਪੰਥ ਦੇ ਜਥੇਦਾਰ ਦਲ ਸਮੇਤ ਆਏ ਨੇ ਜੀ ਆਇਆਂ ਨੂੰ, ਆਓ ਬਾਬਾ ਜੀ ਸਜੋ। ਤੋ ਗੁਰਬਾਣੀ ਦੀ ਕਸੌਟੀ ਉੱਤੇ ਹਰ ਗੱਲ ਨੂੰ ਪਰਖ ਕੇ ਕੰਡੈਮ ਕਰਨਾ, ਇਹ ਕੋਈ ਸਿਧਾਂਤ ਨਹੀਂ ਹੈ, ਇਹ ਕੋਈ ਵਿਚਾਰ ਠੀਕ ਨਹੀਂ ਹੈ, ਮੈਂ ਬੇਨਤੀ ਕਰਾਂ। ਹੁਣ ਅਗਲੀ ਗੱਲ ਜਿਹੜੀ ਹੈ ਵੀ ਇਹ ਸਵਾਲ ਵੀ ਉੱਠਦਾ ਵੀ ਅਜੋਕੇ ਸਮੇਂ ਨਿਹੰਗਾ ਸਿੰਘਾਂ ਦੀ ਦੇਣ ਕੀ ਹੈ। ਹੁਣ ਇਹ ਹੈ ਵੀ ਪੰਥ ਨੂੰ ਕੀ ਦੇਣ ਹੈ। ਮੈਂ ਪਹਿਲਾਂ ਪੁੱਛਾਂ ਵੀ ਪੰਥ ਕਹਿੰਦੇ ਕਿਹਨੂੰ ਆ, ਜਿਹੜਾ ਵੋਟਾਂ ਦੇ ਨਾਲ ਰਾਜ ਸੱਤਾ ਬਣਾਉਂਦਾ ਉਹ ਪੰਥ ਹੈ, ਜਾਂ ਜਿਹੜਾ ਗੁਰਦੁਆਰਿਆਂ 'ਤੇ ਕਮੇਟੀਆਂ 'ਤੇ ਬਣਾ ਕੇ ਕਬਜ਼ਾ ਕਰਦਾ ਉਹ ਪੰਥ ਹੈ,
ਜਾਂ ਕਿਸੇ ਹੋਰ ਸੰਤ ਦਾ, ਕਿਸੇ ਬਾਬੇ ਦਾ, ਕਿਸੇ ਡੇਰੇਦਾਰ ਦਾ ਜਥਾ, ਉਹ ਪੰਥ ਹੈ। ਪੰਥ ਕਹਿੰਦੇ ਆ ਜੋ ਸ੍ਰੀ ਕਲਗੀ ਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਰਸਤਾ ਦੱਸਿਆ, ਉਸ ਰਸਤੇ ਨੂੰ ਪੰਥ ਕਹਿੰਦੇ ਆ, ਉਹ ਮਾਰਗ ਨੂੰ ਪੰਥ ਕਹਿੰਦੇ ਆ। ਕਿਸੇ ਭੀੜ ਨੂੰ, ਕਿਸੇ ਟੋਲੇ ਨੂੰ, ਕਿਸੇ ਜਥੇ ਨੂੰ ਪੰਥ ਨਹੀਂ ਕਹਿੰਦੇ। ਪੰਥ ਉਹ ਰਸਤਾ ਹੈ, ਜੇ ਉਹਦੇ ਤੋਂ ਅੱਗੇ ਪਿੱਛੇ ਹੋ ਕੇ ਆਪਣੀ ਮੱਤ ਅਨੁਸਾਰ ਕੋਈ ਵਾਧਾ ਘਾਟਾ ਕਰਦਾ, ਜੀ ਟੀ ਰੋਡ ਤਾਂ ਜਾ ਰਿਹਾ ਸਿੱਧਾ, ਉਹਦੇ ਵਿੱਚੋਂ ਲਿੰਕ ਰੋਡ ਕੋਈ ਆਪਣਾ ਬਣਾ ਕੇ ਕੰਮ ਚਲਾ ਰਿਹਾ, ਉਹ ਜੀ ਟੀ ਰੋਡ ਨਹੀਂ ਹੈ, ਉਹ ਲਿੰਕ ਰੋਡ ਹੈ। ਉਹ ਜੀ ਟੀ ਰੋਡ ਨਹੀਂ ਹੈ, ਉਹ ਲਿੰਕ ਰੋਡ ਹੈ। ਉਹਦਾ ਆਪਣਾ ਹੀ ਉਹਦਾ ਆਪਣੇ ਹਿਸਾਬ ਨਾਲ ਸੈਟਿੰਗ ਕਰ ਲਈ ਆ ਵੀ ਮੈਂ ਇੰਨੀ ਸਿੱਖੀ ਨਿਭਾ ਸਕਦਾ, ਠੀਕ ਹੈ ਤੂੰ ਨਿਭਾ। ਪਰ ਜੇ ਕੋਈ ਜੀ ਟੀ ਰੋਡ ਦਾ ਲਿੰਕ ਰੋਡ 'ਤੇ ਚੱਲਣ ਵਾਲਾ ਕਹੇ ਵੀ ਜੀ ਟੀ ਰੋਡ ਖਤਮ ਕਰ ਦਿਓ, ਜੀ ਟੀ ਰੋਡ ਦੀ ਲੋੜ ਕੋਈ ਨਹੀਂ, ਅੱਜ ਉੱਥੇ ਜੀ ਟੀ ਰੋਡ ਬੰਦ ਪਿਆ ਘੱਗਰ ਦੇ ਉੱਤੇ, ਪਰ ਹਮੇਸ਼ਾ ਲਈ ਥੋੜ੍ਹਾ ਉਹ ਬੰਦ ਹੋ ਜਾਏਗਾ। ਜੀ ਟੀ ਰੋਡ ਅੱਜ ਬੰਦ ਹੈ, ਕਿਸਾਨ ਅੰਦੋਲਨ ਵਾਲੇ ਬੈਠੇ ਆ ਉੱਥੇ। ਪਰ ਜੇ ਕੋਈ ਕਹੇ ਨਹੀਂ ਜੀ ਟੀ ਰੋਡ ਬਿਲਕੁਲ ਹੀ ਖਤਮ ਹੈ, ਇਹਦੀ ਕੋਈ ਲੋੜ ਨਹੀਂ, ਉਹ ਪੁਰਾਣੇ ਜ਼ਮਾਨੇ ਦੀ ਗੱਲ ਹੈ, ਬੁੱਢਾ ਦਲ ਪੁਰਾਣੇ ਜ਼ਮਾਨੇ ਦੀ ਗੱਲ ਹੈ, ਨਿਹੰਗ ਸਿੰਘ ਪੁਰਾਣੇ ਜ਼ਮਾਨੇ ਦੀ ਗੱਲ ਨੇ, ਇਹ ਉਸ ਵੇਲੇ ਦੀਆਂ ਲੋੜਾਂ ਨੇ, ਹੁਣ ਕੋਈ ਲੋੜ ਨਹੀਂ। ਹੁਣ ਇਹਨਾਂ ਨੂੰ ਗੋਲੀ ਮਾਰ ਦਿਓ, ਇਹਨਾਂ ਨੂੰ ਖਤਮ ਕਰ ਦਿਓ, ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿਓ। ਉਹ ਸੋਚ ਜਿਹੜੀ ਪੈਦਾ ਹੋਈ ਹੈ ਉਸ ਪੰਥ ਦੇ ਲਈ, ਅਸੀਂ ਹੁਣ ਕਿਵੇਂ ਮਰੀਏ ਜਿਹੜੇ ਸਾਨੂੰ ਹੀ ਮਾਰਨਾ ਚਾਹੁੰਦੇ। ਜਿਹੜਾ ਪੰਥ 150 ਸਾਲ ਤੋਂ ਸਾਨੂੰ ਮਾਰਨ ਲੱਗਾ ਹੋਇਆ, ਹੁਣ ਮੈਂ ਗੱਲ ਖੁੱਲ੍ਹ ਕੇ ਕਰ ਰਿਹਾ, ਮੇਰੀ ਗੱਲ ਦੀ ਆਲੋਚਨਾ ਕਰੋ ਬੇਸ਼ੱਕ, ਜਿਹੜਾ ਸਾਡੀ ਹੋਂਦ ਨੂੰ ਮਿਟਾ, ਸਾਡੇ ਗ੍ਰੰਥਾਂ ਦੇ ਦਸਵੇਂ ਨਹੀਂ ਮੰਨਣ ਦੇਣਾ ਜੀ, ਅਸੀਂ ਪ੍ਰਕਾਸ਼ ਹੀ ਨਹੀਂ ਹੋਣ ਦੇਣਾ ਜੀ, ਸਰਬਲੋਹਦਾ ਪ੍ਰਕਾਸ਼ ਨਹੀਂ ਹੋਣ ਦੇਣਾ ਜੀ, ਆਹ ਨਹੀਂ ਕਰਨ ਦੇਣਾ ਜੀ, ਅਸੀਂ ਨਿਹੰਗਾਂ ਸਿੰਘਾਂ ਨੂੰ ਆਹ ਨਹੀਂ ਖਾਣ ਦੇਣਾ ਜੀ, ਆਹ ਨਹੀਂ ਪੀਣ ਦੇਣਾ ਜੀ। ਹੁਣ ਖਾਣੇ ਪੀਣੇ 'ਤੇ ਵੀ ਪਾਬੰਦੀਆਂ ਲਾ ਰਹੇ ਆ, ਤੁਹਾਡੀ ਚਾਹ ਪੀ ਵੀ ਜਾਈਏ ਰੱਜ ਕੇ, ਕੌਫੀ ਦੀ ਚੁਸਕੀ ਮਾਰੀ ਜਾਈਏ, ਅਤੇ ਅਸੀਂ ਆਪਣੀ ਸ਼ਰਦਾਈ ਰਗੜ ਕੇ ਪੀ ਲਈਏ ਅਤੇ ਕੁਰਹਿਤ ਹੋ ਗਈ। ਇਹ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਲੋਕਾਂ ਨੇ ਪਾਈਆਂ ਸੀ ਅੰਗਰੇਜ਼ਾਂ ਨੇ, ਉਹਨਾਂ ਨੂੰ ਅੱਜ ਤੱਕ ਫਾਲੋ ਕਰਦੇ ਆ ਰਹੇ ਹਾਂ। ਪੰਥ ਕਿਵੇਂ ਹੋ ਗਿਆ ਗੁਰੂ ਦਾ? ਗੁਰੂ ਦਾ ਪੰਥ ਉਹ ਹੈ ਜਿਹੜਾ ਗੁਰੂ ਦੀ ਮਰਿਆਦਾ ਨੂੰ ਮੰਨੇ। ਜੋ ਸਾਡੇ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ, ਦਸਮ ਜੀ, ਸਰਬਲੋਹ ਜੀ, ਭਾਈ ਗੁਰਦਾਸ ਜੀ, ਭਾਈ ਸੰਤੋਖ ਸਿੰਘ ਜੀ, ਭਾਈ ਨੰਦ ਲਾਲ ਜੀ, ਭਾਈ ਰਤਨ ਸਿੰਘ ਜੀ ਵਰਗੇ ਗੁਰਸਿੱਖ ਭਾਵਨਾ ਵਾਲੇ ਲਿਖ ਕੇ ਗਏ, ਉਸ ਲਿਖਤ ਨੇ ਖਾਲਸੇ ਦਾ ਬੜਾ ਵੱਡਾ ਰਾਜ ਬਣਾਇਆ, ਬੜੀ ਵੱਡੀ ਸ਼ਕਤੀ ਪੈਦਾ ਕੀਤੀ, ਜਿਸ ਤਾਕਤ ਦੇ ਅੱਗੇ ਫਰਾਂਸ ਅਤੇ ਯੂਰਪ ਦੀਆਂ ਤਾਕਤਾਂ ਝੁਕੀਆਂ ਸ਼ੇਰੇ ਪੰਜਾਬ ਦੇ ਅੱਗੇ। ਉਹ ਗ੍ਰੰਥ ਗਲਤ ਹੋ ਗਏ, ਉਹ ਥਿਊਰੀ ਗਲਤ ਹੋ ਗਈ, ਜਿਹੜੀ ਥਿਊਰੀ ਨੇ ਸਿੱਖਾਂ 'ਚ ਵੰਡੀਆਂ ਪਾਈਆਂ, ਜਿਹੜੀ ਥਿਊਰੀ ਨੇ ਸਿੱਖਾਂ ਨੂੰ ਆਪਸ 'ਚ ਲੜਾਇਆ, ਸਿੱਖਾਂ ਨੂੰ ਨਾਸਤਕ ਬਣਾਇਆ, ਅਸ਼ਰਧਕ ਬਣਾਇਆ, ਕਿੰਤੂ ਪਰੰਤੂ ਕਰਨ ਵਾਲੇ ਬਣਾ, ਉਹ ਥਿਊਰੀ ਗੁਰਬਤ ਹੋ ਗਈ। ਫਿਰ ਦੱਸੋ ਆਪਾਂ ਕੀ ਕਰੀਏ? ਹੁਣ ਸਮਝਣ ਦੀ ਲੋੜ ਹੈ, ਆਪਣਾ 1849 ਤੋਂ ਪਹਿਲਾ ਵਿਰਸਾ ਲੱਭੋ, ਉਹਦੇ ਮੁਤਾਬਕ ਆਪਣੀ ਸੋਚ ਬਣਾਓ, ਵਰਤਮਾਨ ਸਮੇਂ 'ਚ ਕਿਵੇਂ ਜੀਣਾ ਇਹ ਵੀ ਦੇਖੋ। ਨਿਹੰਗਾਂ ਸਿੰਘਾਂ ਦੀਆਂ ਅੱਜ ਸਮੱਸਿਆਵਾਂ ਹਨ, ਉਹਦੇ ਵਿੱਚ ਜ਼ਿਆਦਾਤਰ ਰਾਜਨੀਤੀ